कोटकपुरा गोलीकांड मामले की हुण जांच पड़ताल तेज होण लगी है ते अज तीन साबका अफसरों तों पुछगिछ होणगे। पुछ पड़ताल होएगी एलकी यादव की अगुवाई वाली SIT द्वारा यह पुछ पड़ताल की जानी है। सो साबका अफसरों नूं जिहड़ा इह समन भी भेजा गया सी तत्काली प्रिंसीपल सकत्तर गगनदीप बराड़ तों भी पुछगिछ होएगी। तत्काली ADGP रोहित चौधरी ते DIG RS खट्टा तों भी जिहड़ी पुछगिछ होणी है ते चंडीगढ़ के सैक्टर 32 स्थित पुछगिछ होणी है। सो जिस हिसाब के नाल कोटकपुरा गोलीकांड मामला सामने आया सी तां उस तों बाद हुण तीन साबका अफसरों तों पुछ पड़ताल बहुत बरीकी नाल होण जा रही है। LK यादव की अगुवाई वाली SIT है जिहड़ी उस साबका अफसरों नूं हुण सवालों के घेरे के तहत उन्हां तों सवाल जवाब जरूर करते हुए नजर आएगी, पुछगिछ होएगी ते तत्काली प्रिंसीपल सकत्तर गगनदीप बराड़ तों भी पुछगिछ होएगी। तो फोन लाइन से मनोज जोशी जुड़े ने। मनोज, जिस हिसाब के कोटकपुरा गोलीकांड मामला सामने आया तो उस तो बाद कई SIT गठित हुई, सो वख-वख तर्क दिए गए, दलीलां दित्तियां गईयां ते हुण विशेष तौर पर जिहड़े तीन साबका अफसरों तों पुछगिछ होनी है, की अहम जानकारी है? बिल्कुल गुरप्रीत, जो ये जांच हैगी इहनूं लेके भी सरकार है हुण पूरे मतलब कि उहदे नाल काम कर रही है या संजीदगी नाल काम कर रही है ताकि चार्जशीट दाखले विच सुखबीर बादल ते प्रकाश सिंह बादल नाम आए ਕੀ ਸੀਗੇ ਜਿਹੜੇ ਨਾਮ ਲੈਂਦੇ ਜਿਹੜੇ ਮੁੰਡੇ ਪ੍ਰਿੰਸੀਪਲ ਸੈਕਟਰੀ ਨੇ ਗਗਨਦੀਪ ਬਰਾੜ, ਉਹ ਕਾਫੀ ਮਲਕੀ ਨੂੰ ਨਜ਼ਦੀਕ ਸੀਗੇ ਪ੍ਰਕਾਸ਼ ਸਿੰਘ ਬਾਦਲ ਦੇ। ਤਕਰੀਬਨ ਜੋ ਸੂਤਰ ਦੱਸਦੇ ਨੇ ਕਿ ਉੱਧਰ ਹੀ ਕੋਈ ਵੀ ਕੰਮ ਸੀਗਾ ਉਹਨਾਂ ਦੇ ਸਥਾਨ ਵਾਲੇ ਕੰਮ ਕਰਦੇ ਸੀਗੇ, ਇਸ ਲਈ ਹੁਣ ਜੋ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਨੂੰ ਲੈ ਕੇ ਜਿਹੜੇ ਗਗਨਦੀਪ ਬਰਾੜ ਹੈ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਊਗੀ ਉਹਦੇ ਵਿੱਚ ਕਈ ਖੁਲਾਸੇ ਹੋਣਗੇ ਕਿ ਵਾਕਈ ਹੀ ਗੋਲੀ ਜਿਹੜੀ ਚਲਾਉਣ ਦੇ ਹੁਕਮ ਕਿੱਦਾਂ ਆਏ ਸੀਗੇ, ਕੀ ਸਥਿਤੀ ਸੀ ਉਸ ਦਿਨ, ਤੁਹਾਨੂੰ ਕਿਸ ਤਰ੍ਹਾਂ ਦੇ ਮਤਲਬ ਫੋਨ ਆਇਆ ਜੀ, ਉਹਨਾਂ ਨੂੰ ਹੀ ਸਾਰੀ ਜਾਣਕਾਰੀ ਸੀ ਅੱਗੇ ਉਹਨਾਂ ਤੋਂ ਅੱਗੇ ਹੀ ਉਹ ਸਾਰੀ ਹੁੰਦੀ। ਇਸ ਨਾਲ ਜਿਹੜੇ IGP ਉਸ ਟਾਈਮ ਦੇ ਖੱਟਰਾ ਸਾਹਿਬ ਉਹਨਾਂ ਨੂੰ ਵੀ ਬੁਲਾਇਆ ਗਿਆ ਹੈਗਾ, ਜਿਹੜੇ ਰੋਹਿਤ ਚੌਧਰੀ ਹੈਗੇ ਨੇ ADGP GP ਸੀਗਾ ਉਸ ਟਾਈਮ ਦੇ, ਤੇ ਉਹਨਾਂ ਨੇ ਬੁਲਾਇਆ ਗਿਆ ਕਿ ਉਹਨਾਂ ਨੇ ਪੁਲਿਸ ਅਫਸਰ ਉਸ ਟਾਈਮ ਵੀ ਉੱਥੇ ਸੀਗੇ, ਇਹਨਾਂ ਦਾ ਏਰੀਆ ਪੈਂਦਾ ਸੀਗਾ। ਜਿਹੜੇ ਖੱਟਰਾ ਵੀ ਹੈਗੇ ਨੇ ਇਹਨੇ ਵੀ ਇਹ ਵੀ ਕਾਫੀ ਜ਼ਿਆਦਾ ਨਜ਼ਦੀਕੀ ਮੰਨੇ ਜਾਂਦੇ ਸੀਗੇ ਬਾਦਲ ਪਰਿਵਾਰ ਦੇ, ਤੇ ਇਹ ਜਿਹੜੀ ਜਾਣਕਾਰੀਆਂ ਨੇ ਇਸ ਲਈ ਪੁਲਿਸ ਇਕੱਠੀ ਕਰਦੀ ਕਿ ਸਬੂਤ ਹੁਣ ਜਿਹੜੇ ਉਹ ਕਹਿੰਦੇ ਨੇ ਵੀ ਸਾਡਾ ਕੋਈ ਹੋਰ ਰੋਲ ਨਹੀਂ ਹੈ ਬਿਨਾਂ ਰਾਜਨੀਤਿਕ ਹੈਗੀ ਹੈ, ਤਾਂ ਉਸਦੇ ਤਹਿਤ ਹੀ ਇਹ ਜਿਹੜੇ ਨਜ਼ਦੀਕੀ ਅਫਸਰ ਨੇ ਉਹਨਾਂ ਨੂੰ ਬੁਲਾਇਆ ਗਿਆ। ਇਹਨਾਂ ਦੇ ਅਫਸਰਾਂ ਦੇ ਕੁਛ ਕੁਛ ਵਿੱਚ ਕਈ ਕੁਲਾਸੇ ਹੋ ਸਕਦੇ ਨੇ ਜਿਹਨਾਂ ਨੂੰ ਲੈ ਕੇ ਜਿਹੜੀ ਅੱਗੇ ਹੈਗੀ ਹੈ ਜਿਹੜੀ SIT ਉਹ ਆਪਣਾ ਕੋਈ ਜਿਹੜੀ ਹੈਗੀ ਰਣਨੀਤੀ ਤਿਆਰ ਕਰੇਗੀ, ਉਹਦੇ ਵਿੱਚ ਕਿਆ ਸੂਤ ਮਿਲਦੇ ਨੇ ਉਹਨੂੰ ਉਹ ਕੋਰਟ ਵਿੱਚ ਪੇਸ਼ ਕਰੇਗਾ। ਜੀ ਗੁਰਪ੍ਰੀਤ। ਮਨੋਜ, ਜਿਸ ਹਿਸਾਬ ਦੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕਾਫੀ ਅਹਿਮ ਜਿਹੜੀਆਂ ਗੱਲਾਂ ਬਾਤਾਂ ਜਾਂ ਫਿਰ ਸਿਆਸਤ ਵੀ ਇਸ ਪੂਰੇ ਮਾਮਲੇ ਤੇ ਵੀ ਹੁੰਦੀ ਰਹੀ ਹੈ, ਤਾਂ ਕੀ ਲੱਗਦਾ ਕਿ ਸਥਾਨਕ ਹਕੂਮਤ ਦੇ ਲਈ ਇੱਕ ਵੱਡੀ ਚੁਣੌਤੀ ਹੈ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਜਿਸ ਦੇ ਤਹਿਤ ਇਨਸਾਫ ਦੀ ਜਿਹੜੀ ਗੱਲਬਾਤ ਕੀਤੀ ਗਈ ਸੀ ਉਹ ਹੁਣ ਦਬਾਉਣ ਦੇ ਵਿੱਚ ਕਿਤੇ ਨਾ ਕਿਤੇ ਹੈ ਵੱਡੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਸੱਤਾਧਰ? ਬਿਲਕੁਲ ਬਿਲਕੁਲ, ਜਦੋਂ ਸਰਕਾਰ ਆਈ ਸੀਗੀ ਤਾਂ ਉਹਨਾਂ ਨੇ ਸਰਕਾਰ ਆਉਣ ਤੋਂ ਪਹਿਲਾਂ ਵੀ ਵਾਅਦਾ ਕੀਤਾ ਸੀ ਕਿ ਜਿਹੜੇ ਬਹਿਬਲ ਕਲਾਂ ਦੇ ਕੋਟਕਪੂਰਾ ਗੋਲੀਕਾਂਡ ਦੇ ਆਰੋਪੀ ਸਜ਼ਾ ਹੋਊਗੀ, ਤੇ ਇਸ ਤੇ ਕੀ ਸਰਕਾਰ ਪਿਛਲੇ ਸਕ੍ਰਿਪਟ ਸਾਲ ਹੋ ਚੱਲਿਆ ਤੇ ਪੂਰੇ ਪ੍ਰੈਸ਼ਰ ਦੇ ਕੇ ਉਹਨਾਂ ਨੇ ਜਿਹੜੇ ਕਰਨਾਕਾਰੀ ਸੀਗੇ ਬਹਿਬਲ ਕਲਾਂ ਦੇ ਉਹਨਾਂ ਨੂੰ ਕੋਟਕਪੂਰਾ ਦੋਹਾਂ ਨੇ ਸਪੈਸ਼ਲ ਬਣਾਇਆ ਉਸ ਵਾਸਤੇ। ਕਈ ਵਾਰ ਆਮ ਆਦਮੀ ਪਾਰਟੀ ਸਰਕਾਰ ਦੇ ਲੀਡਰ ਵੀ ਉੱਥੇ ਜਾ ਕੇ ਗਏ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ। ਇਹਦਾ ਮੰਨਣਾ ਵੀ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸ਼ਾਮਿਲ ਕਰ ਲਿਆ ਚਾਰਜਸ਼ੀਟ ਤੋਂ ਬਾਅਦ, ਉਸ ਤੋਂ ਬਾਅਦ ਉਹ ਧਰਨਾ ਹਟਾ ਵੀ ਲੈਂਦੇ ਨੇ, ਇਸ ਤੋਂ ਸਾਫ਼ ਹੈ ਕਿ ਉਹਨਾਂ ਦੀ ਡਿਮਾਂਡ ਸੀ ਉਹ ਰਹੀ ਸੀ ਕਿ ਉਸ ਟਾਈਮ ਜਿਹੜੇ ਹੁਕਮਰਾਨ ਸੀਗੇ ਜਿਹੜੇ ਸਰਕਾਰ 'ਚ ਬੈਠੇ ਸੀਗੇ, ਜਿਹੜੇ ਮੁੱਖ ਮੰਤਰੀ ਸੀਗੇ, ਡਿਪਟੀ ਸੀਐਮ ਸੀਗੇ, ਉਹਨਾਂ ਦਾ ਰੋਲ ਸੀਗਾ, ਉਹਨਾਂ ਦਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਨੂੰ ਦੋਸ਼ੀ ਮੰਨਦੇ ਸੀਗੇ, ਇਸ ਨੂੰ ਲੈ ਕੇ ਹੀ ਕਾਰਵਾਈ ਹੋ ਰਹੀ ਹੈ ਤੇ ਅੱਗੇ ਹੁਣ ਜਿਹੜੀ ਹੈਗੀ ਉਸ ਨੂੰ ਪੁੱਖਤਾ ਕਰਨ ਲਈ ਜਿਹੜੇ ਹੋਰ ਸਬੂਤਾਂ ਜੁਟਾਏ ਜਾ ਰਹੇ ਤੇ ਨਾਲ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਗੁਰਪ੍ਰੀਤ। ਠੀਕ ਹੈ ਠੀਕ ਹੈ ਮਨੋਜ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੀ ਸਾਂਝ ਪਾਉਣ ਤੇ।